ਪਰਲੇ ਰਾਹ ਦਾ ਖਰਚ ਨਾ ਮੰਨਿਆ ਬਟ ਭਾਈ ਦੂਰ ਮੀਆਂ ਪਰਲੇ ਰਾਹ ਦਾ ਖਰਚ ਨਾ ਮੰਨਿਆ ਜੀ ਬਟ ਭਾਈ ਦੂਰ ਕੋਈ ਘਰ ਦੇ ਵਿੱਚ ਦਾਣਿਆਂ ਦੀਆਂ ਬੋਰੀਆਂ ਭਰੀਆਂ ਪਈਆਂ ਹੋਣ ਪੱਲੇ ਚਾਰ ਰੋਟੀਆਂ ਬੰਨ ਕੇ ਨਾ ਚੱਲੇ ਮੁਸਾਫ਼ਰ ਬੈਂਕਾਂ ਭਰੀਆਂ ਪਈਆਂ ਹੁਣ ਚਾਰ ਪੈਸੇ ਕੋਲ ਜੇਬ ਚ ਪਾ ਕੇ ਨਾ ਚੱਲੇ ਵਸਤਰਾਂ ਦੀਆਂ ਪੇਟੀਆਂ ਭਰੀਆਂ ਪਈਆਂ ਹੁਣ ਕੋਈ ਪਾਲੇ ਛੀੜੇ ਤੋਂ ਕੱਪੜਾ ਲੈ ਕੇ ਨਾ ਚੱਲੇ ਤਾਂ ਫਿਰ ਉਹਨੂੰ ਕਮਲਾ ਹੀ ਕਹਿੰਦੇ ਨੇ ਨਾ ਜਦ ਸਭ ਕੁਛ ਹੈ ਘਰੇ ਫਿਰ ਸਫ਼ਰ ਦੇ ਵਿੱਚ ਕਿਉਂ ਨਹੀਂ ਨਾਲ ਲੈ ਕੇ ਤੁਰਿਆ ਕਿਉਂ ਗਲੀਆਂ 'ਚ ਰੋਟੀਆਂ ਮੰਗ ਕੇ ਸਫ਼ਰ 'ਚ ਗੁਜ਼ਾਰਾ ਕਰਦਾ ਕਿਉਂ ਪਾਲੇ ਮਰਦਾ ਕੱਪੜੇ ਤੋਂ ਬਿਨਾਂ ਕਿਉਂ ਪੈਸੇ ਤੋਂ ਬਿਨਾਂ ਧੇਲੇ ਮੰਗਦਾ ਫਿਰਦਾ ਉੱਥੇ ਇਸੇ ਤਰ੍ਹਾਂ ਹੀ ਇੱਕ ਮਿਸਾਲ ਹੈ ਇੱਥੇ ਦੇ ਸਰ ਸਭ ਕੁਛ ਕੋਲ ਹੈ ਦਾਨ ਕਰ ਸਕਦਾ ਹੈ ਭਜਨ ਕਰ ਸਕਦਾ ਹੈ ਇਸ਼ਨਾਨ ਕਰ ਸਕਦਾ ਹੈ ਪਰੋਪਕਾਰ ਕੇ ਦਾ ਭਲਾ ਕਰ ਸਕਦਾ ਹੈ ਇਹੀ ਰਸਤੇ ਦਾ ਖਰਚਾ ਹੈ ਅੱਗੇ ਇਹੀ ਇਹਨੂੰ ਮਿਲਣਾ ਅੱਗੇ ਜਾ ਕੇ ਇਹ ਕੀਤਾ ਨਹੀਂ ਉਹ ਗੁਰਸਿੱਖ ਕਹਿਣ ਲੱਗਾ ਸੇਠ ਤਾਂ ਇਹ ਕੀਤਾ ਨਹੀਂ ਬਾਟਾਂ ਬਹੁਤ ਲੰਮੀਆਂ ਨੇ ਪਹਿਲਾਂ ਤਾਂ ਤੈਨੂੰ ਕੁੱਟਣਗੇ ਤੇਰੀ ਮੁਜਰਾਲੇ ਮੂੰਹ ਕੁੱਟ ਕੁੱਟ ਕੇ ਜਾਨ ਕੱਢਣਗੇ ਉਹ ਟਲਣਾ ਨਹੀਂ ਵਕਤ ਵਿਆਹ ਲਿਖਿਆ ਟਲਦਾ ਨਹੀਂ ਹੁੰਦਾ ਹੁੰਦਾ ਬਿਰਖੇ ਜਿੱਤ ਦਿਹਾੜੇ ਧਨਬੜੀ ਸਾਹੇ ਲੈ ਲਿਖਾਏ ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਉਹਨੂੰ ਲੈ ਗਈ ਮੌਤ ਉਹਨੂੰ ਲੈ ਗਈ ਸੁਣਦਾ ਸੀ ਅੱਜ ਆਪਦੇ ਮੂਹਰੇ ਆਖੜੀ ਮੂੰਹ ਦਿਖਾਲੇ ਆਏ ਜਿੰਦਨ ਮਾਣੀ ਕੱਢੀ ਹੈ ਹੱਡਾਂ ਕੋ ਕੁੜਕਾਏ ਸਾਹੇ ਲਿਖੇ ਨਾ ਟੱਲਣੀ ਜਿੰਦੂ ਕੋ ਸਮਝਾਏ ਜਿੰਦ ਬੋਟੀ ਮਰਨ ਵੱਲ ਲੈ ਜਾਸੀ ਪਰਨਾਏ ਸੇਠ ਜੀ ਉਹ ਵਕਤ ਨਹੀਂ ਟੜਨਾ ਮੌਤ ਲਾੜੇ ਨੇ ਸਭ ਦੀ ਜਿੰਦੜੀਆਂ ਨੂੰ ਵਿਆਹ ਕੇ ਲੈ ਜਾਣਾ ਹੈ ਪਰ ਤੇਰੀ ਜਾਨ ਮੰਜਰਾਲੇ ਮੂੰਹ ਕੁੱਟ ਕੁੱਟ ਕੇ ਕੱਢਣਗੇ ਹੱਡੀਆਂ ਨੂੰ ਭੰਨ ਭੰਨ ਕੇ ਕੱਢਣਗੇ ਕਹਿਣ ਲੱਗੇ ਪਿਆਰੇ ਜੀ ਕੱਢਣੀ ਲੰਮਣੀ ਜਿੰਦੜੀ ਪਿਆਰੇ ਜੀ ਮੁਤਾਬਕ ਤੇਰੇ ਨਾਲ ਵਰਤਾ ਕਰਨਗੇ ਪਾਪੀਆਂ ਦੀ ਜਾਨ ਇਸ ਤਰ੍ਹਾਂ ਕੱਢੀ ਜਾਂਦੀ ਹੈ ਹਾਂ ਰਸਤੇ 'ਚ ਤੇਰੇ ਨਾਲ ਜੋ ਕੁਛ ਵੀ ਤੈਂ ਇੱਥੇ ਕੀਤਾ ਹੈ ਉਹ ਹਜੇ ਕੁਛ ਹੀ ਤੈਨੂੰ ਮਿਲੂਗਾ ਬੈਤਰਨੀਆਂ ਨਦੀਆਂ ਇਸ ਦੀ ਲਿਜਾਣਗੇ ਤੈਨੂੰ ਬੇਅੰਤ ਪੀੜੀਆਂ ਗਲੀਆਂ ਥਾਈ ਲੈ ਕੇ ਜਾਣਗੇ ਤਾੜ ਤਾੜ ਕੇ ਵਧਾ ਦੇਣਗੇ ਸਭ ਕੁਛ ਬਹੁਤਿਆਂ ਨੂੰ ਇਹ ਭੁਲੇਖਾ ਹੁੰਦਾ ਹੈ ਵੀ ਸਰੀਰ 'ਤੇ ਕਸ਼ਟ ਹੁੰਦਾ ਹੈ ਸਰੀਰ ਤਾਂ ਲੱਕੜਾਂ 'ਚ ਇੱਥੇ ਮੱਚਦਾ ਹੁੰਦਾ ਹੈ ਗਲੀਆਂ ਥਾਈ ਕੌਣ ਲੰਘੇਗਾ ਇਹ ਸਰੀਰ ਦੇ ਅੰਦਰ 17 ਤੱਤਾਂ ਦਾ ਸਰੀਰ ਹੈ ਸਤਸੰਗ ਸਭ ਦਾ ਉਹ 17 ਤੱਤਾਂ ਦਾ ਸਰੀਰ ਲੇਖਾ ਦਿੰਦਾ ਉੱਥੇ ਜਾ ਕੇ ਆ ਉੱਪਰਲਾ ਸਰੀਰ ਤੱਕ ਕਵਰ ਹੈ ਜਿਵੇਂ ਕਵਰ ਹੁੰਦਾ ਹੈ ਬਲੱਡਰ ਹੋਰ ਹੁੰਦਾ ਹੈ ਬਲੱਡਰ ਅੰਦਰ ਹਵਾ ਹੋਰ ਹੁੰਦੀ ਹੈ ਆਹ ਪੰਜਾਂ ਤੱਤਾਂ ਦਾ ਸਰੀਰ ਇੱਥੋਂ ਮਾਤਾ ਪਿਤਾ ਤੋਂ ਮਿਲਦਾ ਇੱਥੇ ਹੀ ਰਹਿ ਜਾਂਦਾ ਜਿਹੜਾ ਉਹ 17 ਤੱਤਾਂ ਦਾ ਸਰੀਰ ਹੈ ਉਹ ਉਤਨੀ ਦੇਰ ਤੱਕ ਇਹਨੂੰ ਮਿਲਿਆ ਰਹਿੰਦਾ ਹੈ ਜਿਤਨੀ ਦੇਰ ਤੱਕ ਇਹਦੀ 84 ਨਹੀਂ ਕੱਟੀ ਜਾਂਦੀ ਉਹ ਬੁੜਾ ਨਹੀਂ ਹੁੰਦਾ ਉਹ ਕੁੱਬਾ ਨਹੀਂ ਹੁੰਦਾ ਉਹਦੇ ਸਿਰ ਦੰਦ ਨਹੀਂ ਨਿਕਲਦੇ ਹਨ ਉਹ 17 ਤੱਤਾਂ ਦਾ ਸਰੀਰ ਤਾਂ ਪਤਾ ਨਹੀਂ ਕਿਤੇ ਨਾ ਕਿ ਜੁਗ ਬੀਤ ਜਾਂਦੇ ਨੇ ਇਹਨੂੰ ਪਰਮੇਸ਼ੁਰ ਤੋਂ ਵਿਛੜੇ ਨੂੰ ਓਨਾ ਚਿਰ ਉਹ ਬਣਿਆ ਹੀ ਰਹਿੰਦਾ ਹੈ ਸਾਧ ਸੰਗਤ ਉਹ ਪੰਜ ਪ੍ਰਾਣ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਮਨ ਔਰ ਬੁੱਧ ਇਹ 17 ਤੱਤਾਂ ਦਾ ਸਰੀਰ ਦੇ ਨਾਲ ਲੇਖਾ ਦਿੰਦਾ ਦੁੱਖ ਸੁੱਖ ਵੀ ਇਹੀ ਸਰੀਰ ਇੱਥੇ ਵੀ ਇਹੀ ਭੋਗਦਾ ਹੈ ਉੱਪਰਲੇ ਸਰੀਰ ਤੋਂ ਤਾਂ ਮਦਦ ਲੈਂਦਾ ਹੈ ਹਾਂ ਫਿਰ ਹੋਰ ਜੁਗਤੀ ਦੱਸੀ ਗੁਰਸਿੱਖ ਨੇ ਕਹਿਣ ਲੱਗੇ ਕਰਮ ਤਾਂ ਤੇਰੇ ਬਹੁਤ ਮਾੜੇ ਨੇ ਪਰ ਤਾਂ ਗੁਰੂ ਨਾਨਕ ਦੇ ਸੰਗਤ ਸਿੱਖ ਦੀ ਸੰਗਤ ਕਰ ਲਈ ਇੱਕ ਰਾਤ ਜਿਹੜੇ 4 ਪਹਿਰ ਬਣ ਗਏ ਤੇਰੇ ਇਹਦੇ 16 ਪਹਿਰ ਬਣ ਜਾਣੇ ਜਦ ਨੂੰ ਹਿਸਾਬ ਕਿਤਾਬ ਹੋਣਾ ਕਰਮ ਦਾ ਫਲ ਮਿਲਣਾ ਤੂੰ ਜਦ ਪੇਸ਼ ਹੋਵੇਂਗਾ ਧਰਮ ਰਾਜਾ ਤੈਨੂੰ ਪੁੱਛੇਗਾ ਵੀ ਇਹਦਾ ਫਲ ਤੈਂ ਕੀ ਲੈਣਾ 4 ਪਹਿਰਾਂ ਦੇ 16 ਪਹਿਰ ਬਣ ਜਾਣੇ ਨੇ ਇਹਨਾਂ ਦਾ ਫਲ ਤੈਨੂੰ ਉਹਨੇ ਪੁੱਛਣਾ ਵੀ ਪਹਿਲਾਂ ਲੈਣਾ ਕਿ ਜਾਂ ਮਗਰੋਂ ਲੈਣਾ ਬੜੇ ਲਾਲਚ ਦੇਊਗਾ ਤੈਨੂੰ ਇਸ ਦੀ ਖਾਤਰ ਤੂੰ ਕੁਛ ਨਾ ਮੰਗੀ ਨਾ ਕੋਈ ਧਨ ਪਦਾਰਥ ਮੰਗੀ ਗਲਤੀ ਨਾ ਕਰ ਬੈਠੀ ਨਾ ਤੁਸੀਂ ਸੁਰਗ ਮੰਗੀ ਕੋਈ ਇਹਦੇ ਵੱਟੇ ਸਤਸੰਗੀ ਮੰਗਲੀ ਸੰਤਾਨ ਲੋਕ ਮੰਗਲੀ ਜਿੱਥੇ ਪਰਮੇਸ਼ਰ ਦਾ ਦਰਸ਼ ਹੁੰਦਾ ਉਹ ਥਾਂ ਮੰਗਲੀ ਤੂੰ ਇਹਦੇ ਵੱਟੇ ਫਿਰ ਤੈਨੂੰ ਆਪੇ ਸਾਂਭ ਲਵਾਂਗੇ ਗੁਰਸਿੱਖ ਨੇ ਪਹਿਲਾਂ ਸਰੀਰ ਛੱਡ ਕੇ ਚਲੇ ਜਾਣਾ ਸੀ ਉੱਥੇ ਉਹਦੇ ਨਾਲ ਉਹੀ ਗੱਲਬਾਤ ਹੋਈ ਉਵੇਂ ਜਿਵੇਂ ਉਹਨੂੰ ਕੁੱਟਿਆ ਮਾਰਿਆ ਜਿਵੇਂ ਗੁਰਸਿੱਖ ਨੇ ਦੱਸਿਆ ਸੀ ਜਿਵੇਂ ਗੁਰਬਾਣੀ 'ਚ ਲਿਖਿਆ ਉਸ ਤਰ੍ਹਾਂ ਹੀ ਗੁਰਸਿੱਖ ਨੇ ਤਾਂ ਦੱਸਣਾ ਸੀ ਉਵੇਂ ਜਿਵੇਂ ਧਰਮ ਰਾਜ ਦੇ ਪੇਸ਼ ਕਰ ਦਿੱਤਾ ਨੂੜਿਆ ਵਿਆ ਕੁੱਟੜਾ ਭੰਨਿਆ ਵਿਆ ਤਾਂ ਉਹਨੇ ਸੇਠ ਨੂੰ ਪੁੱਛਿਆ ਸੇਠ ਹੈਰਾਨ ਹੋ ਗਿਆ ਵੀ ਮੈਂ ਬਾਣੀ ਹਾਂ
ਦਾਣੇ ਆਏ ਜ਼ਿਮੀਂਦਾਰ ਦੇ ਘਰ ਜਦ ਜਾ ਵੜਦਾ ਸੀ ਉਹਨੂੰ ਡਰ ਪੈ ਜਾਂਦਾ ਸੀ ਮੇਰੇ ਉੱਪਰ ਤੇ ਵੀ ਪਾਣੀ ਆਇਆ ਕੋਈ ਲੇਖਾ ਮੰਗਣ ਵਾਲਾ ਗੁਰੂ ਜੀ ਤੇ ਗੁਰਬਾਣੀ ਚ ਫੁਰਮਾਨ ਕਰਦੇ ਨੇ ਬਿਰਖ ਹੇਠ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਅਸਦ ਅਦੋਤ ਪਿਆਰ ਚੱਲੇ ਜਿਉਂ ਜਿਉਂ ਬਹੁਤ ਬਿਹਾਣੀ ਆ ਪਾਪ ਕਰੇ ਦਰ ਸਰ ਪਰ ਮੁੱਠੇ ਅਜਲਾ ਈਲ ਫੜੇ ਫੜ ਕੁੱਟੇ ਦੋਜ਼ਖ ਪਾਏ ਸਿਰਜਣ ਹਾਰਿਆ ਲੇਖਾ ਮੰਗੇ ਬਾਣੀ ਉਹ ਕੱਲੇ ਸੇਠ ਦਾ ਨਹੀਂ ਸਭ ਦਾ ਆਪਣਾ ਲੇਖਾ ਉੱਥੇ ਹੀ ਆਉਣਾ ਉਸੇ ਧਰਮਰਾਜ ਬਾਣੀਏ ਕੋਲੇ ਅੱਧਾ ਅੱਧਾ ਬੋਲਿਓ ਭਾਈ ਲੇਖਾ ਮੰਗੂਗਾ ਧਰਮ ਰਾਜਾ ਬਾਣੀਆਂ ਧਰਮਰਾਜ ਦੇ ਪੇਸ਼ ਕਰ ਦਿੱਤਾ ਉਸ ਗੁਰਸਿੱਖ ਦੀ ਦੱਸੀ ਹੋਈ ਯੁਗਤੀ ਸੇਠ ਜੀ ਯਾਦ ਆ ਗਈ ਜਦ ਧਰਮਰਾਜ ਨੇ ਪੁੱਛਿਆ ਵੀ ਸੇਠ ਜੀ ਸਾਰੀ ਉਮਰ ਪਾਪ ਕਮਾਏ ਨੇ ਦੁਨੀਆਂ ਡੁੱਡੀਆਂ ਵੈਜ ਬੱਟੂ ਲਾ ਕੇ ਦੁਨੀਆਂ ਦੇ ਗਲ ਵੱਡੇ ਨੇ ਆ ਇੱਕ ਚਾਰ ਪਹਿਰ ਤੈਅ ਕਿਸੇ ਗੁਰਸਿੱਖ ਦੀ ਸੰਗਤ ਕੀਤੀ ਹੈ ਇਹਦੇ ਪੁੰਨ ਬਣੇ ਨੇ ਇਹ 16 ਪਹਿਰ ਬਣ ਗਏ ਬੋਲ ਪਹਿਲਾਂ ਲੈਣੇ ਨੇ ਕਿ ਮਗਰੋਂ ਲੈਣੇ ਨੇ ਜਾਂ ਉਹਨਾਂ ਪਾਪ ਕਰਮਾਂ ਦਾ ਫਲ ਪਹਿਲਾਂ ਭੁਗਤਣਾ ਕਿ ਜਾਂ ਇਹ ਪਹਿਲਾਂ ਭੁਗਤਣਾ ਹੈ ਉਸੇ ਵਕਤ ਉਹਨੇ ਹਾਂ ਕਹਿਤੀ ਮੈਨੂੰ ਪਹਿਲਾਂ ਦਿਓ ਇਹ ਸੰਤਾਨ ਲੋਕ ਪਹਿਲਾਂ ਦਿਓ ਉਹ ਸਾਰਾ ਨਕਸ਼ਾ ਜਿਹੜਾ ਗੁਰਸਿੱਖ ਨੇ ਦੱਸਿਆ ਸੀ ਵੀ ਤੈਨੂੰ ਭੀੜੀਆਂ ਗਲੀਆਂ ਇੱਥੇ ਲੈ ਜਾਣਗੇ ਤੈਨੂੰ ਕੁੜਦੇ ਲੈ ਜਾਣਗੇ ਲੇਖਾ ਮੰਗੂਗਾ ਧਰਮਰਾਜ ਉਹ ਸਾਰਾ ਕੁਛ ਉਹਦੇ ਮੂਹਰੇ ਆ ਚੁੱਕਿਆ ਹੁਣ ਯਕੀਨ ਆ ਗਿਆ ਵੀ ਗੁਰਸਿੱਖ ਨੇ ਮੇਰੀ ਮਦਦ ਕੀਤੀ ਸੀ ਉਹਦੀ ਵੀ ਮੰਨਾ ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ ਲੇਖਾ ਰੱਬ ਮੰਗਸੀਆ ਬੈਠਾ ਕੱਢ ਬਈ ਤਲਵਾਂ ਸੁਣੀਆਂ ਕੀਆਂ ਬਾਕੀ ਜਿੰਨਾ ਰਹੀ ਸਾਰਾ ਨਕਸ਼ਾ ਦੱਸਿਆ ਮੂਹਰੇ ਆ ਗਿਆ ਯਕੀਨ ਆ ਗਿਆ ਵੀ ਹੁਣ ਮੇਰੇ ਨਾਲ ਭਲਾ ਕਰਮ ਹੋਊ ਮੈਂ ਗੁਰਸਿੱਖ ਦੀ ਮੰਨ ਲਈ ਮੈਨੂੰ ਸੰਤਾਨ ਲੋਕ ਦੇ ਦਿਓ ਧਰਮਰਾਜਾ ਕਹਿਣ ਲੱਗਿਆ ਲਾਓ ਇਹਦੇ ਹੱਥ ਕੜੀਆਂ ਦੁਬਾਰੇ ਜਾਓ ਸੱਚਖੰਡ ਦੇ ਵਿੱਚ ਇਹਨੂੰ ਸੰਤਾਨ ਲੋਕ ਜਾ ਕੇ ਭੇਜ ਦਿਓ ਹਦਾਇਤ ਕਰ ਦਿਓ ਵੀ ਆਪਦੇ ਆਪ ਸਮੇਂ ਸਿਰ ਉੱਠ ਕੇ ਆ ਜਾਵੇ ਨਹੀਂ ਇਹਦੇ ਨਾਲ ਬੁਰੀ ਕਰਾਂਗੇ ਨਾਲ ਦੀ ਨਾਲ ਉਹਨਾਂ ਨੂੰ ਹਦਾਇਤ ਕਰ ਦਿੱਤੀ ਅਲੱਗ ਕਰਕੇ ਸੇਠ ਤੋਂ ਪਰੇ ਕਰਕੇ ਧਰਮਰਾਜ ਨੇ ਆਪਦੇ ਜਮਦੂਤਾਂ ਨੂੰ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਿਤਨਜਾਈਓ ਦੂਤ ਕਹਿੰਦੇ ਜੇ ਭਲਾ ਇਹ ਉੱਠ ਕੇ ਨਾ ਆਇਆ ਕਿਤੇ ਧੱਕਾ ਕਰਨ ਵਾਸਤੇ ਅੰਦਰ ਨਾ ਜਾ ਵੜਿਓ ਫਿਰ ਮੇਰਾ ਵੀ ਛੁਟਕਾਰਾ ਨਹੀਂ ਤੁਹਾਡਾ ਵੀ ਛੁਟਕਾਰਾ ਨਹੀਂ ਹੈ ਕਹਿਣ ਲੱਗੇ ਸੇਠ ਨੂੰ ਸੰਤਾਨ ਲੋਕ ਜਾ ਕੇ ਛੱਡ ਦਿੱਤਾ ਹਦਾਇਤ ਕਰ ਦਿੱਤੀ ਵੀ ਅਸੀਂ ਸਾਹਮਣੇ ਬੈਠੇ ਹਾਂ ਆ ਜਾਈ ਅੱਗੇ ਗਿਆ ਜੋਤੀ ਸਰੂਪ ਨੂੰ ਨਮਸਕਾਰ ਕੀਤੀ ਸੰਗਤ ਬੈਠੀ ਹੈ ਸੱਚਖੰਡ ਹੈ ਤਾਂ ਜਾ ਕੇ ਜਦ ਬੈਠਣ ਲੱਗਿਆ ਤਾਂ ਗੁਰਸਿੱਖ ਨੇ ਪਛਾਣ ਲਿਆ ਪਾਉਂ ਫੜ ਕੇ ਕੋਲ ਬਿਠਾ ਲਿਆ ਕਹਿੰਦੇ ਆ ਗਿਆ ਬਹਿ ਜਾ ਇੱਥੋਂ ਆਰਾਮ ਨਾਲ ਪਰ ਸੇਠ ਗੇਟ ਵੱਲ ਝਾਕੀ ਜਾਂਦਾ ਉਹ ਗੁਰਜਾਂ ਦਿਖਾਉਂਦੇ ਨੇ ਹੱਥਕੜੀਆਂ ਛੇਲੇ ਦਿਖਾਉਂਦੇ ਨੇ ਜਮਦੂਤ ਆ ਜਾ ਬਾਹਰ ਦੰਦੀਆਂ ਚੱਪਦੇ ਨੇ ਨਹੀਂ ਤੈਨੂੰ ਵੱਢਾਂਗੇ ਪਰ ਉਹ ਸੇਠ ਉੱਠਣਾ ਚਾਹੁੰਦਾ ਗੁਰਸਿੱਖ ਕਹਿਣ ਲੱਗਾ ਤੂੰ ਉਹਨਾਂ ਵੱਲ ਪਿੱਠ ਕਰ ਲਾ ਉਹ ਆ ਨਹੀਂ ਸਕਦੇ ਇੱਥੇ ਜੇ ਚਲਿਆ ਗਿਆ ਫਸ ਜਾਵੇਂਗਾ ਪਤਾ ਨਹੀਂ ਕਿਤਨੇ ਕੁ ਯੁੱਗ ਬੀਤ ਜਾਣਗੇ ਨਰਕਾਂ 'ਚ ਤੈਨੂੰ ਬਹੁਤੇ ਪਾਪ ਕੀਤੇ ਨੇ ਬਹਿ ਜਾ ਆਰਾਮ ਨਾਲ ਜਦ ਉਹ ਨਾ ਉੱਥੋਂ ਉੱਠਿਆ ਸਤਸੰਗ ਜੀ ਚੱਕਿਆ ਹੀ ਨਾ ਸੀ ਜਮਦੂਤਾਂ ਵੱਲ ਚੱਕਣੋਂ ਹੀ ਹਟ ਗਿਆ ਜਮਦੂਤ ਅਖੀਰ ਬਹੁਤ ਚਿਰ ਅੜੀਕ ਕੇ ਜਾ ਕੇ ਧਰਮਰਾਜ ਦੀ ਕਚਹਿਰੀ ਦੇ ਵਿੱਚ ਹੱਥਕੜੀਆਂ ਉਹਦੇ ਮੇਜ਼ 'ਤੇ ਰੱਖ ਦਿੱਤੀਆਂ ਧਰਮਰਾਜ ਪੁੱਛਦਾ ਵੀ ਸੇਠ ਕਿੱਥੇ ਹੈ ਕਹਿੰਦੇ ਸੇਠ ਤਾਂ ਕਿਸੇ ਪੱਕੇ ਨੇ ਪੜਾ ਦਿੱਤਾ ਉੱਥੇ ਹੀ ਹੈ ਪਹਿਲਾਂ ਤਾਂ ਉੱਠਣ ਲੱਗਿਆ ਸੀ ਸਾਡੇ ਸਾਰਿਆਂ ਨੂੰ ਦੇਖ ਕੇ ਪਰ ਕਿਸੇ ਨੇ ਪੱਕੇ ਨੇ ਪੜਾ ਦਿੱਤਾ ਝਾਕਦਾ ਹੀ ਨਹੀਂ ਉਹ ਕਹਿਣ ਲੱਗੇ ਤਾਂ ਫਿਰ ਹੁਣ ਨਹੀਂ ਉਹਨੇ ਆਉਣਾ ਹੈਗਾ ਚੱਕੀ ਵਹੀ ਸੇਠ ਦੀ ਵਹੀ 'ਤੇ ਲਕੀਰ ਮਾਰ ਦਿੱਤੀ ਧਰਮਰਾਜ ਨੇ ਸਾਧ ਸੰਗਤ ਜੀ ਲੇਖਾ ਪਾੜ ਦਿੱਤਾ ਪਰਮੇਸ਼ਰ ਦੇ ਪੈਰਾਂ ਦੀ ਸੰਗਤ ਦਾ ਇਹ ਫਲ ਹੈ ਗੁਰਬਾਣੀ 'ਚ ਫੁਰਮਾਨ ਕੀਤਾ ਹੈ ਨਾ ਜਾਵੇ ਮਿੱਠਾ ਸੰਗ ਸਾਧੂਆਂ ਦਾ ਨਾ ਜਾਵੇ ਮਿੱਠਾ ਸੰਗ ਸਾਧੂਆਂ ਦਾ ਲੇਖਾ ਪਾੜਿਆ ਸਾਧੂਆਂ ਨੇ ਭਾਈ ਬੋਲਣਗੇ ਧਰਮ ਰਾਜ ਦੀ ਭੇਸ ਨਾ ਜਾਵੇ ਲੇਖਾ ਪਾੜਿਆ ਸਾਧੂ